ਇਸ ਵੇਲੇ ਸਾਡੀ ਟੀਮ 88 ਦਾ ਮੇਰੇ ਦਸ਼ਕੂ ਕੁੱਥੇ ਪੁੱਜੀਏ ਮਾਨਸਰ ਪੁੱਜੀਏ ਕੱਡ ਲੈਸ ਬਹਿਲਾ ਪੁੱਜਣਾ ਕਾਰ रावराम ਤੁਸੀਂ ਦਿਖਾ ਦਿਓ ਪਹਾੜੀ ਐਕਸਪ੍ਰੈਸ న్యూਸ 88 ਇਸ ਵੇਲੇ ਸਾਡੀ ਟੀਮ 88 ਦਾ ਮੇਰੇ ਦਸ਼ਕੂ ਕੁੱਥੇ ਪੁੱਜੀਏ ਮਾਨਸਰ ਪੁੱਜੀਏ ਅੱਜ ਜਿਹੜੀ ਅੱਜ ਮੁਲਾਕਾਤ ਜਿਹੜੀ ਮਲਾਟੀ ਕਰਾਦੇ ਹੱਸ ਇਹ ਡੁੱਗਰ ਦੀ ਸ਼ਾਨ ਹੈ ਸਾਡੀ ਡੁੱਗਰ ਦੀ ਸ਼ਾਨ ਹੈ ਉਸ ਡੁੱਗਰ ਦੀ ਸ਼ਾਨ ਅਸਰੀ ਆਸੀ ਦਾ ਚੱਲਦੇ ਬੜੇ ਦਿਨਾਂ ਦੇ ਅਸੀਂ ਕੰਦੇ ਕੰਨੇ ਪਹਿਲੇ ਵੀ ਫੋਨ ਉਪਰ ਗੱਲ ਬਾਤ ਹੋਈ ਸਾਡੀ ਕਿ ਸਰ ਅਸ ਤੁੰਦਾ ਇੱਕ ਇੰਟਰਵਿਊ ਲੈਣ ਜਿੰਨੇ ਲੋਕੇ ਔਰ ਆਪਣੇ ਦਰਸ਼ਕੀ ਕੀ ਇੱਕ ਮੰਤਰਮੋਹਿਤ ਕਰਨਾ ਐਸਾ ਮੰਤਰਮੋਹਿਤ ਕਰੋ ਸਾਰੇ ਗੋਲਾਂ ਪਹਿਲੇ ਕਿ ਜਾ ਕੇ ਲੋਕਾਂ ਕੀ ਪਤਾ ਲੱਗੇ ਕਿ ਸਾਡੇ ਇਹ ਡੁੱਗਰ ਦੀ ਸ਼ਾਨ ਰਿੰਕੂ ਜੀ ਔਰ ਔਰ ਇੰਦੇ ਕੰਨੇ ਤੁਸੀਂ ਹੀ ਅੱਜ ਮਿਲਾਨਾ ਹੈ ਮੇਰੇ ਦਰਸ਼ਕੋ ਔਰ ਤੁੰਦਾ ਬੜਾ ਬੜਾ ਮਦਦ ਮਦਦਤਾ ਨਿਵਾਜ਼ ਰਿੰਕੂ ਜੀ ਧੰਨਵਾਦ ਤੁੰਦਾ ਸਤਿ ਸ੍ਰੀ ਅਕਾਲ ਤੇ ਰਿੰਕੂ ਜੀ ਸਾਰੇ ਕੋਲੋਂ ਪਹਿਲੇ ਤੁੰਦਾ ਬੜਾ ਬੜਾ ਸਵਾਗਤ ਹੈ ਇੱਥੇ ਅਸਾਡੀ ਟੀਮ ਆਈ ਹੈ ਔਰ ਤੁਸੇ ਅਸੀਂ ਵੀ ਇਨਕਾਰ ਨਹੀਂ ਕੀਤਾ ਔਰ ਆਸਿਥੇ ਪੂਜਿਆ ਬੜੇ ਵਾਰੀ ਤੁੰਦੇ ਜਿਹੜੇ ਐਸੋਸੀਏਸ਼ਨ ਵਾਲੇ ਜਿਹੜੇ ਬੰਦੇ ਨੂੰ ਨੇ ਕਿ ਫੋਨ ਕੀਤਾ ਉਹਨੇ ਪਹਿਲੇ ਵੀ ਸਾਨੂੰ ਅਪਾਇੰਟਮੈਂਟ ਦਿੱਤੀ ਪਰ ਤੁਸੀਂ ਬਿਲਕੁਲ ਖੁੱਲਾ ਰਸਤਾ ਰੱਖਿਆ ਅਸੀਂ ਸੋਚਿਆ ਕਿ ਸ਼ਾਇਦ ਵੱਡੇ ਵੱਡੇ ਜਿਹੜੇ ਗਾਇਕਾਂ ਜੀਆਂ ਉਹਨੇ ਮਿਲਣੇ ਵਾਸਤੇ ਬੜਾ ਵੱਡਾ ਅਸੀਂ 10 ਦਿਨ ਦੀ 5 ਦਿਨ ਦੀ ਪੈਨ ਮਿਲ ਲੈਣਾ ਪਉਂਦੀ ਹੈ ਪਰ ਇੱਥੇ ਅਸੀਂ ਲੱਗਿਆ ਕਿ ਤੁਸੀਂ ਤੋਂ ਓਪਨ ਤੁਸੋਂ ਉਪਰ ਤੁਸੋਂ ਓਪਨ ਮਾਈਂਡ ਸਰਗੋਲਾ ਪਹਿਲੇ ਸਵਾਗਤ ਹੈ ਸਰ ਸਵਾਗਤ ਹੈ ਜੀ ਜੀ ਸਰ ਤੇ ਅਸ ਤੁਸੀਂ ਪਤਾ ਕਿ ਮੈਂ ਹਮਸ਼ਮਤ ਓਪਨ ਚ ਕੀ ਰਹੁੰਨੇ ਆ ਓਪਨ ਜਿਸ ਗਰੀ ਰਹੁੰਨੇ ਆ ਕਿ ਪਬਲਿਕ ਕੰਨ ਮਿਲਣਾ ਜੁੜਨਾ ਬੜਾ ਜ਼ਰੂਰੀ ਹੈ ਕਿਉਂਕਿ ਪਬਲਿਕ ਕਾ ਪਸੰਦ ਕਰਿਆ ਤਾਂ ਆਦਮੀ ਸਿੰਗਰ ਕਲਾਕਾਰ ਜਿਹੜਾ ਬਣਦਾ ਗਾਇਕ ਕਲਾਕਾਰ ਬਣਦਾ ਜੇ ਸੁਪਰਵਲਕ ਪਸੰਦ ਨਹੀਂ ਕਰੇਗਾ ਤਾਂ ਉਹ ਗਾਇਕ ਕਲਾਕਾਰ ਕਿੰਨੀਆਂ ਬਣਗਾ ਪਰ ਕੁਝ 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 ਲੋਕ ਸਤੂੰਦੇ ਕਰਨੇ થી ਜੀਆਂ ਮੈਂ ਤੁੰਦੀ ਨੂੰ ਐਕਸਪੋਜ਼ ਵੀ ਕਰਨਾ ਬਸ ਜੰਮਾਲ ਕਰਨੇ ਬੜਾ ਤੁੰਦੀ ਬੜੇ ਬੜੇ ਤਗੜੇ ਤਗੜੇ ਗਾਣੇ ਹੋਏ ਪਿੱਤੂ ਦੀ ਕੀ ਗੱਲ ਹੋਈ ਤੁੰਦੀ ਕੀ ਆਪੂ ਚ ਕੀ ਕੀਆਂ ਬਗੜੀ ਭਿਗੜੀ ਕੁਝ ਗੱਲ ਗੱਲ ਮੈਕਸਮ ਵੀ ਹੁੰਦੀ ਕਿ ਕਿਉਂਕਿ ਸਾਡੇ ਅਸ ਪਹਾੜੀ ਲੋਕਾਂ ਸੱਚ ਬੋਲਣੇ ਆਸ ਚਾਹ ਸਾਡੇ ਐਸੇ ਮੁੰਡੀ ਵੀ ਚਲੀ ਆਏ ਬਿਲਕੁਲ ਤੀਕੋ ਗੱਲਵਾਦੀ ਹੈ ਕਿ ਮੈਕਸਮ ਕੋਈ ਵੀ ਕੰਮ ਹੈ ਹਰ ਬੰਦੇ ਨੇ ਮਿਹਨਤ ਕਰੀ ਖਾਣੀ ਹੁੰਦੀ ਹਰ ਬੰਦੇ ਨੇ ਆਪਣਾ ਮਿਹਨਤ ਵਾਸਤਾ ਹੈ ਆਪਣੀ ਰੋਜੀ ਰੋਟੀ ਵਾਸਤੇ ਕੰਮ ਕਰਾਦੇ ਆ ਅਸੀਂ ਵੀ ਆਪਣੀ ਰੋਜੀ ਰੋਟੀ ਵਾਸਤੇ ਕੰਮ ਕਰਾਦੇ ਆ ਲੇਕਿਨ ਇਹ ਆ ਕਿ ਕਈ ਲੋਕ ਐਸੇ ਹੁੰਦੇ ਨੇ ਕਿ ਉਹ ਮਿਸਯੂਜ਼ ਕਰਨ ਦੇ ਚੱਕਰ 'ਚ ਰਹਿੰਦੇ ਨੇ ਉਹਨੇ ਇਹ ਨਹੀਂ ਉਹਨੇ ਇਹ ਨਹੀਂ ਲੱਭਦਾ ਕਿ ਅਗਲੇ ਵੀ ਮਿਹਨਤ ਮਿਹਨਤ ਕਰਦੀ ਜਾ ਅਗਲੇ ਵੀ ਰੋਟੀ ਖਾਣੀ ਹੁੰਦੀ ਜਾ ਕਿਹਾ ਉਹਨੇ ਇਹ ਚੀਜ਼ ਨਹੀਂ ਲੱਭੀ ਜਿੱਲਾ ਉਹਨੇ ਇਹ ਚੀਜ਼ ਨਹੀਂ ਲੱਭੀ ਸਾਡਾ ਮੇਰਾ ਕੋਈ ਦਿਮਾਗ 'ਚ ਐਸੀ ਚੀਜ਼ ਆਈ ਕਿ ਮੈਂ ਉਹਨੇ ਚੀਜ਼ਾਂ ਕੋਲੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਤੇ ਮੈਂ ਆਖਿਆ ਇਹਨੇ ਚੀਜ਼ਾਂ ਕੋਲ ਆ ਗਰਮ ਗਈ ਦੂਰ ਹੋਣਾ ਹੋਇਆ ਤਾਂ ਕਿ ਮੇਰਾ ਸਰਕਲ ਜਿਹੜਾ ਚੱਲਣਾ ਜੇਕਰ ਉਹ ਇੰਦਾ ਕੰਨਾ ਕਲੋਜ਼ ਬਣੀ ਬਣੀਏ ਰੋਗਾ ਤੇ ਇਸ ਹਾਲਤੀ ਮੇਰਾ ਸਰਕਲ ਜਿਹੜਾ ਨਹੀਂ ਚੱਲਣਾ ਤੇ ਮੈਂ ਤਾਂ ਇਸ ਵਾਸਤੇ ਉਹ ਮਤਲਬ ਉਹਦੇ ਕੋਲੋਂ ਥੋੜਾ ਦੂਰ ਰਿਹਾ ਨਹੀਂ ਕੋਈ ਗਾਇਕਾਰ ਚ ਕੋਈ ਲੈਣ ਦੇਣ ਦੀ ਪਹਿਲੇ ਸੁਨੇ ਦੇ ਬੜੇ ਮੀਡੀਆ ਸੋਸ਼ਲ ਮੀਡੀਆ ਅਸੀਂ ਵੀ ਜਿਹੜੇ ਦਿੱਖਦਾ ਅਸੀਂ ਵੀ ਰੋਣਾ ਆਂਦਾ ਕਿ ऐसे बंदे कने अगर कोई बेइंसाफी करना जहां उने की पीछे सुटना ਥੱਲੇ ਸੁੱਟੀ ਰੁਣਾ ਜਾਂ ਉਹਦੀ ਕੋਈ ਹਿਸਾਬ ਕਿਤਾਬ ਵਿੱਚ ਕੋਈ ਕੋਈ ਲੈਣ ਦੇ ਨਹੀਂ ਕੋਈ ਫਰਕ ਪਿਆ ਕਿ ਜਾਂ ਕੋਈ ਇੱਕੇ ਗੱਲ ਹੀ ਦੇਖੋ ਸਾਬ ਗਦਾਬ ਕਹਾ ਮੈਕਸੂ ਵੀ ਹੁੰਦਾ ਕਿ ਅਗਰ ਅਸੀਂ ਵੀ ਕੰਮ ਕੀਤਾਦਾ ਅਸੀਂ ਵੀ ਤੁਹਾਡੀਆਂ ਬਣੀਆਂ ਗਏ ਇਥੋਂ ਕੰਮ ਕਰੀਏ ਕੰਮ ਕਰਨੀ ਕਿ ਉਹਨਾਂ ਸੀ ਪੁੱਛਿਆ ਧੱਕ ਨਹੀਂ ਮਤਲਬ ਉਹਨੇ ਆਪਣਾ ਕੰਮ ਕਰਾਇਆ ਤਾਂ ਬਸ ਸੈਡ ਹੋਈ ਕਿ ਕਿੰਨੇ ਕਿੰਨੇ ਪੈਸੇ ਤੇ ਕੋਈ ਲੈਣਾ ਦੇਣਾ ਹਸੋ ਕਿਨ ਕੋ ਵੀ ਬੰਦੇ ਦਾ ਨਾ ਕੋਈ ਰਾਗਤਾ ਰੱਖਿਆ ਨਹੀਂ ਹੁੰਦਾ ਕਿ ਨਾ ਕੰਡਕਟਰ ਰੱਖਿਆ ਆਪਣੇ ਆਪਣੇ ਕੰਮ ਚ ਪੈ ਗਈ। ਉਹ بڑے بڑے ਸਿੰਗਰ ਹੋਏ ਮਰੇ। ਨਹੀਂ بڑے بڑے ਸਿੰਗਰ ਮਹਾਰਾਜੀ ਪੜਨਾ ਬੜਾ ਮੁਸ਼ਕਲ ਹੈ। ਇਹ ਖਾਲੀ ਅਖਣੀ ਗੱਲ ਹੋ ਗਈ ਬڑے ਵੱਡੇ ਸਿੰਗਰ ਹੈ। ਸਿੰਗਰ ਬੰਨਣਾ ਆਰਟਿਸਟ ਬੰਨਣਾ ਬੜਾ ਮੁਸ਼ਕਲ ਹੁੰਦਾ। ਸੋਖੀ ਗੱਲ ਨਹੀਂ ਹੈ ਆਰਟਿਸਟਿਕ ਕਲਾਕਾਰ ਗਾਇਕ ਕਲਾਕਾਰ ਬੰਨਣਾ ਇੱਕ ਮਿਠਾ ਇਸਰੋਣਾ ਪੁੰਦਾ ਪਬਲਿਕ ਦੀ ਨਿਮਿਤ ਨਿਰਤਵੇ ਚ ਰੋਣਾ ਪੁੰਦਾ। ਉਹਦੇ ਵਿੱਚ ਗਮਾਨ ਗਮਾਨ ਨਹੀਂ ਚੱਲਦਾ ਇਨਕਾਰ ਨਹੀਂ ਚੱਲਦਾ। ਤਾਗਾ ਨੂੰ ਨਹੀਂ ਕੰਮ ਚਾਹ ਪੁੱਛ ਸਕਦਾ ਜੇਕਰ ਉਹਦੇ ਵਿੱਚ ਇਨਕਾਰ ਹੋਈ ਆ ਪਬਲਿਕ ਕਨੇ ਕਹਿੰਦੇ ਇਨਕਾਰ ਕਰੂੜਿਆ ਜਾਂ ਇੱਕ ਦੂ ਕਹਿੰਨੇ ਇਨਕਾਰ ਕਰੂੜਿਆ ਤਾਂ ਉਹ ਕੁਥਾ ਵੱਡਾ ਬਣਨਗਾ ਉਹਦੇ ਉੱਥੇ ਘਰੇ ਆ ਅੱਜ ਜਾਗਰਨ ਦਾ ਤੁਸੀਂ ਪਤਾ ਹਰ ਹਰ ਆਦਮੀ ਅੱਜ ਕੱਲ ਜਾਗਰਨ ਪਾਰਟੀ ਚ ਪਈਦਾ ਜਿਕਰ ਹੱਥੇ ਲੋਕ ਹਰ ਬੰਦਾ ਜਿਕਰ ਹੱਥੇ ਜਿਹੜਾ ਅਸੀਂ ਕੋਈ ਕੰਮ ਨਹੀਂ ਲੱਭਦਾ ਚਲੋ ਜਗਰਾਤੇ ਕਰਾਵਾ ਤੇ ਜਗਰਾਤੇ ਕਰੀਏ ਵੀ ਵੱਡਾ ਨਹੀਂ ਬਣਦਾ ਵੱਡਾ ਤੇ ਪਬਲਿਕ ਕੇ ਬਣਾਉਂਦੀ ਆ ਉਸੇ ਪਬਲਿਕ ਕੇ ਲੋਕ ਦਰਸ਼ਕ ਬਣਾਉਂਦੇ ਨੇ ਹਾਂ ਅਗਰ ਲੋਕ ਹੈ ਉਸੇ ਚੁੱਕਣ ਦਾ ਉਹ ਵੱਡਾ ਬਣ ਨਹੀਂ ਸਕਦਾ ਅਗਰ ਲੋਕੇ ਦੀ سپورਟ ਨਹੀਂ ਉਹਦਾ ਵੱਡਾ ਕੀ ਬਣਿਆ ਦਾ ਇਸ ਵਾਸਤੇ ਅੱਜ ਤੱਕ ਕੋਈ ਵੱਡਾ ਕੋਈ ਨਹੀਂ ਬਣਿਆ ਅਸ ਵੀ ਵੱਡੇ ਨਹੀਂ ਬਣੇ ਅਸ ਜਿਹੜੇ ਜਿੰਨੀ ਸਾਡੀ سپورਟ ਕਰ ਲੋਕਾਂ ਕੀਤੀ ਆ ਅੱਜ ਤੱਕ ਵੱਡੇ ਅਸ ਨਹੀਂ ਬਣੇ ਤੇ ਨਹੀਂ ਅਸ ਵੱਡੇ ਬਣ ਹੀ ਸਕਦੇ ਕੀ ਵੱਡਾ ਉਗਾ ਵੱਡਾ ਉਗਾ ਜਿਹੜਾ ਅਸੀਂ ਕੀ ਰੋਜੀ ਜਿਸ ਨਾਲ ਅਸੀਂ ਰੋਜੀ ਰੂਟੀ ਪਰ ਧਰਤੀ ਉੱਪਰ ਭੇਜੇ ਦਾ ਠੀਕ ਹੈ ਜਿਸ ਧਰਤੀ ਉੱਪਰ ਅਸੀਂ ਭੇਜੇ ਦਾ ਉਸ ਨਾਲ ਅਸੀਂ ਸਿਸ਼ਟੀ ਸੌਂਪੀਦੀ ਹੈ ਔਰ ਇਸੇ ਕੰਮ ਸੌਂਪਦੇ ਨੇ ਇਹ ਅਸੋ ਉਹਦੇ ਕੰਮ ਨਿਵਾੜਨੇ ਅਸ ਕੋ ਵੱਡੇ ਨਹੀਂ ਹੈ ਨਾ ਅਸ ਕੋ ਏਡੇ ਵੱਡੇ ਕਲਾਕਾਰ ਨਹੀਂ ਕੋਈ ਅਖਦਾ ਉਹਨੇ ਇਹ ਮਾਰੇ ਵੱਡੇ ਵੱਡੇ ਕਲਾਕਾਰ ਆਪਣੇ ਆਪ ਕੀ ਕੋਈ ਅਖਦਾ ਨਹੀਂ ਆਪਣੇ ਆਪ ਕੀ ਆਪੂ ਅੱਖੀਆਂ ਨਹੀਂ ਹੁੰਦਾ ਆਪਣੀ ਤਾਰੀਫ ਕਰੀ ਆਪੂ ਨਹੀਂ ਹੁੰਦੀ ਆਪਣੇ ਸਿਰ ਆਪ ਨੂੰ ਆਪੂ ਨਹੀਂ ਆਦਮੀ ਕਦਰ ਨਹੀਂ ਸਕਦਾ ਉਹ ਨਾ ਹੀ ਕਤਰ ਕੇ ਤੱਕਰ ਤੋਂ ਹੁੰਦਾ ਆਪਣੀ ਤਾਰੀਫ ਆਪਣੀ ਹੁੰਦੀ ਕੋਈ ਚਾਰ ਆਦਮੀ ਚਾਹਤਾ ਹੈ ਰਿਫ ਕਰਨ ਸਿਫਤ ਕਰਨ ਤਾਂ ਉਥੇ ਸਿਖਤ ਹੁੰਦੀ ਹੈ ਹਮਮ ਇਹ ਚੀਜ਼ ਸਾਡੇ ਗਾਇਕ ਕਲਾਕਾਰਾਂ ਚ ਹੁੰਦੀ ਹੈ ਕਿ ਆਪਣੇ ਦੀ ਸਿਫਤ ਅਪੂਣੀ ਆ ਸਕੀ ਸਕਦਾ ਮੈਂ ਆਪਣੀ ਸਿਫਤ ਅਪੂਣੀ ਨਹੀਂ ਕਰੀ ਸਕਦਾ ਕਦਮ ਨਹੀਂ ਕਰੀ ਸਕਦਾ ਕੀ ਨਹੀਂ ਕਰੀ ਸਕਦਾ ਕਿ ਮੇਰੀ ਸਿਫਤ ਮੇਰੀ ਆਪੂ ਸਿਖਤ ਕਰਨ ਕਰਨਾ ਮੇਰੀ ਕਿੱਡੀ ਕੀ ਸਿੱਖਤ ਹੋਣੀ ਹੈ ਉਹ ਮੇਰੀ ਜਿਹੜੀ ਲੋਕਾਂ ਸਿਖਤ ਕਰਨ ਤਾਂ ਇਹਦੀ ਉੱਗ ਸਿੱਖਤ ਹੋਣੀ ਹੈ ਤੇ ਇਸ ਵਾਸਤੇ ਅਸ ਇਹ ਚਾਣਿਆ ਕਿ ਅਸ ਅੱਜ ਵੀ ਉਸ ਧਰਤੀ ਦੇ ਉੱਪਰ ਬਾਬੇ ਮਾਨ ਸਰ ਦਾ ਸ਼ੁਰੂਆਤ ਅਸੀਂ ਥੋੜਾ ਉਹਨਾਂ ਕਹਿੰਦੇ ਅਸੀਂ ਮਤਲਬ ਇਸ ਮਕਾਮ ਤੱਕ ਪਹੁੰਚਾਇਆ ਤੇ ਅਸਾ ਉਹਨਾਂ ਬੇਸ਼ੱਕ ਅਸੀਂ ਇਸ ਮਕਾਮ ਤੱਕ ਪਹੁੰਚਾਉੜਾ ਲੇਕਿਨ ਉੰਦੀ ਉੰਦੀ ਜਿਹੜੀ ਗੱਡੀ ਹੈ ਉਹ ਜਿਹੜੀ ਮੇਕੀ ਗੱਡੀ ਉਹਨੇ ਦਿੱਤੀ ਦੀ ਹੈ ਉਸ ਗੱਡੀ ਕੀ ਮੈਂ ਛੁੱਟਣਾ ਨਹੀਂ ਚਾਹੁੰਦਾ ਕਿਉਂਕਿ ਮੇਕੀ ਜਿਸਲੇ ਟਾਈਮ ਲੱਗੇਗਾ ਤਾਂ ਵੀ ਅਗਰ ਮੇਕੀ ਬਾਈ ਜਾਨ ਸੇ ਛੂੜੀ ਵੀ ਛੁਟਕਾਈ ਵੀ ਸ਼ੂਟਿੰਗ ਮੈਂ ਤਾਂ ਵੀ ਕੋਸ਼ਿਸ਼ੀਆ ਕਰਨੀ ਕਿ ਮੇਕੀ ਜਿਸਲੇ ਵੀ ਟਾਈਮ ਲੱਗੇਗਾ ਤਾਂ ਮੈਂ ਇਸ ਗੱਡੀ ਪ੍ਰਾਨੀਆ ਬਹੁਣਾ ਗਮੋਣਾ ਾਂ ਕੀ ਅੱਖ ਤੇ ਵੀ ਆਇਆ ਨੇ ਕਿ ਜਿੱਥੇ ਖਾਣੀ ਐ ਤੇ ਉਥੋਂ ਦੇ ਗੁਣ ਗਾਣੇ ਤੇ ਇਹ ਨਹੀਂ ਐ ਕਿ ਹੁਣ ਤੁਸੀਂ ਕਿਹੜਾ ਗੁਣ ਗਾਣਾ ਸਰ ਦਰਸ਼ੀ ਕੀ ਕਿਹੜਾ ਗਾਣਾ ਇੱਥੇ ਗੁਣ ਗਾੜ ਕੋ ਸਰ ਮੇ ਗਾਣਾ ਹ ਮੇਰਾ ਵੈਸਿਕਲੀ ਗਾਣਾ ਜਿਹੜਾ ਇਤਿਹਾਸ ਕਰਨੇ ਵਿੱਚ ਜੁੜੀ ਐ ਮੈਂ ਕਰਚ ਜਿਹਨੇ ਸਰ ਕੋਲੋਂ ਜ਼ਿਆਦਾ ਤੁੰਦਾ ਇਤਿਹਾਸ ਬਣਾਇਆ ਇੱਥੇ ਇਤਿਹਾਸ ਡੁੱਗਰ ਚ ਡੁੱਗਰ ਚ ਮਾਨਸਰ ਦਾ ਮੇਲਾ ਮੈਂ ਗਾਇਆ ਆਪਣੇ ਦਿਮਾਗ ਕਨੇ ਗਾਇਆ ਆਪਣੇ ਦਿਮਾਗ ਕਨੇ ਕੋਸੀ ਬਣਾਇਆ ਹ ਹ ਗੱਡੀਆਂ ਕਾਰਾਂ ਵੀ ਕਿ ਲਈ ਆਉਂਦੀਆਂ ਕੋਈ ਬੱਸਾਂ ਚਾਉਣਾ ਕਈ ਵਾਰੀ ਕਾਰਾਂ ਚਾਉਣਾ ਉਹਨੇ ਵੀ ਗੱਡੇ ਪਰ ਤਵਾੜਦੀ ਆ ਤਾਂ ਉੱਥੇ ਚਲੀ ਜਾਂਦਾ ਮੈਂ ਉਸ ਦਾ ਦਿਮਾਗ ਲਾਈਆ ਆਪਣਾ ਮਾਨਸਰ ਦਾ ਮੇਲਾ ਦਿਖਿਆ ਜਿਸ ਨਾਲ 20 ਸਾਲਿਆਂ ਬਣਵਾਸ ਪਉਂਦੇ ਉਸ ਹਿਸਾਬ ਦਾ ਮੈਂ ਨਹੀਂ ਦਿਖਿਆ ਤੁਸੀਂ ਗੱਲ ਕਰ ਰਹੇ ਦਿਖਣ ਵਾਲੇ ਦੀ ਇਹ ਤੁੰਡੀ ਅੱਖੀਆਂ ਜਮਾਂਦਰੂ ਖਰਾਬੀ ਹੈ ਕਿ ਜਾਂ ਬਾਅਦ ਚੋਈ ਹੈ ਨਹੀਂ ਜਮਾਂਦਰੂ ਹੈ ਨਹੀਂ ਆ ਚੰਦ ਠੀਕ ਹੈ ਠੀਕ ਹਾਂ ਜਮਾਂਦਰੂ ਹੈ ਨਹੀਂ ਚਲੋ ਹੁਣ ਸੁਣਾਓ ਤੁਸੀਂ ਸਰ 1:30 ਮਾਨਸਰ ਦਾ ਮੇਲਾ ਦੇਖਣਾ ਬੱਦਲੈ ਸਵੇਲਾ ਪੁਜਹਿਣਾ ਮਾਨਸਰ ਦਾ ਮੇਲਾ ਦੇਖਣਾ ਬੱਦਲੈ ਸਵੇਲਾ ਪੁਜਹਿਣਾ ਉਹ ਗੱਡੀਆਂ ਤੇ ਕਾਰਾਂ ਗੈਮਗੀ ਲਈ ਜੰਦੀਆਂ ਗੱਡੀਆਂ ਤੇ ਕਾਰਾਂ ਗੈਮਗੀ ਲਈ ਜੰਦੀਆਂ ਬਿਚ ਬਜਾਰ ਐ ਦੇਮਗੀ ਛੂੜੀ ਜੰਦੀਆਂ ਬਿਚ ਬਜਾਰ ਐ ਦੇਮਗੀ ਛੂੜੀ ਜੰਦੀਆਂ ਬੱਲੇ ਬੱਲੇ ਪੁੱਜੀ ਜਨਾ ਹੋ ਮਾਣ ਸਰ ਤਾਂ ਮਹਿਲ ਦਿਖਣਾ ਮਾਣ ਸਰ ਦਾ ਮਹਿਲ ਦਿਖਣਾ ਪੜ ਲੈ ਸਵੇਲਾ ਪੁਜੇਣਾ ਇਹ ਥੇ ਹਮਾਰੇ ਸਾਹ ਰਿੰਕੂ ਜੀ जो पहला मानसर का गाना उन्होंने बताया हम दो दर्शकों को से उम्मीद करेंगे कि आपको अच्छा लगा लेकिन नेक्स्ट भी हम इसको नेक्स्ट ने... ये तो फर्स्ट सॉन्ग था हम आज इतने दूर से आएँ तो असेंद है कि असें एक दो तरह गाने हैं और सुनने ये तो पहला गाना पहला इंटरव्यू हमारा गाना अगे बारी और गाना नेक्स्ट दुई बार फिर मिल गए दुई वीडियो करने असं इजाज़त नमस्कार जय हिंद